ਪਹਿਲਾਂ ਤੁਸੀਂ ਪ੍ਰੂਫ ਕਰੋ ਕਿ ਹੈਗੀ ਹੈ, ਫਿਰ ਤੁਸੀਂ ਚੁੱਪ ਕਰਕੇ ਲੈ ਕੇ ਜਾਓ। ਐਵੇਂ ਮਾਰਨਾ ਕੁੱਟਣਾ ਨਹੀਂ ਹੈਗਾ। ਮਤਲਬ ਪਹਿਲਾਂ ਕਿਹਦੇ ਕਹਿਣ ਦੇ ਆ, ਗੱਲ ਦੱਸ ਪਹਿਲਾਂ, ਠੰਡਾ ਕੋਈ ਗੱਲ ਕਰ। ਕਿੰਨੀ ਕੰਪਲੇਂਟ ਆ, ਕੋਈ ਸਬੂਤ ਹੈਗਾ ਤੁਹਾਡੇ ਕੋਲ? ਸਬੂਤ ਹੈਗਾ? ਸਬੂਤ ਕੰਪਲੇਂਟ ਦੇ ਆਧਾਰ ਤੇ ਲੈ ਜਾਓ ਜਾ ਕੇ ਤੁਸੀਂ। ਆਹ ਤਰੀਕਾ, ਆਹ ਤਰੀਕਾ, ਇਹ ਨੋਟ ਕਰਾਉਣਾ ਹੁੰਦਾ, ਤੁਸੀਂ ਮਾਰਿਆ ਤਾਂ ਹੀ ਉਹਨਾਂ ਨੇ ਡੰਡਾ ਫੜਿਆ ਨਾ। ਲੈ ਕੇ ਆਓ ਜਾ ਕੇ, ਕੋਈ ਗੱਲ ਨੀ, ਮੈਂ ਵੀ ਕਰਾਉਣਾ ਫੋਨ, ਮੈਂ ਹੁਣੇ ਕਰਾ ਦਿੰਦਾ ਫੋਨ ਤੁਹਾਨੂੰ SSP ਸਾਹਿਬ ਦੇ ਉੱਥੋਂ। ਚਲੋ ਤੁਹਾਨੂੰ ਕੋਈ ਸਬੂਤ ਮਿਲਿਆ ਮੇਰੇ ਖਿਲਾਫ? ਪਹਿਲੇ ਗੱਲ ਦਾ ਜਵਾਬ ਦੋ, ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੋ, ਤੁਹਾਨੂੰ ਸਬੂਤ ਮਿਲਿਆ ਮੇਰੇ ਖਿਲਾਫ ਕੋਈ? ਪੁਲਿਸ ਨੇ ਆਰਾਮ ਨਾਲ ਗੱਲ ਕੀਤੀ ਆ ਕਿ ਕੁਛ ਪੁੱਛਿਆ? ਮੈਨੂੰ ਪਤਾ ਸੀਗਾ ਵੀ ਇਹ ਕੰਮ ਕਰਨਾ, ਉਧਰ ਕੋਈ 4 ਵਜੇ ਚੜਾਏ ਹੋਣੇ ਅਗਲੇ ਨੇ, ਮੈਨੂੰ ਪਤਾ ਨਾ ਉਹਦਾ, ਮੈਨੂੰ ਪਤਾ, ਮੈਂ ਵੀ ਦੁਨੀਆਂ ਚ ਰਹਿਣਾ, ਉਹ ਮੈਂ ਚੰਗੀ ਤਰ੍ਹਾਂ ਜਾਣਦਾ, ਤੁਹਾਨੂੰ ਚੰਗੀ ਤਰ੍ਹਾਂ ਜਾਣਦਾ, ਪਛਾਣੇ ਸਾਰੇ ਪੁਲਿਸ ਵਾਲੇ ਚੰਗੀ ਤਰ੍ਹਾਂ ਜਾਣਦਾ, ਸਾਰਿਆਂ ਨੂੰ ਮੈਂ ਸਭ ਨੂੰ ਜਾਣਦਾ ਚੰਗੀ ਤਰ੍ਹਾਂ। ਜਵਾਬ ਦੋ, ਤੁਸੀਂ ਤੁਹਾਡੇ ਕੋਲ ਕੋਈ ਅਰੈਸਟ ਵਾਰੰਟ ਹੈਗਾ, ਸਰਚ ਵਾਰੰਟ ਹੈਗਾ ਤੁਹਾਡੇ ਕੋਲ ਇਸ ਟਾਈਮ? ਨਹੀਂ, ਜਦੋਂ ਅੱਛਾ ਇਹ ਸਰਚ, ਉਹ ਕਮਰਾ ਮੇਰਾ, ਇਹ ਕਮਰਾ ਕਿਹਦਾ? ਤੁਸੀਂ ਹੁਣ ਜਿਹੜਾ ਕਾਗਜ਼ ਗੱਡੀ ਚਲਾਉਂਦਾ ਬੰਦਾ, ਉਹਦੇ ਕਾਗਜ਼ ਪੱਤਰ ਤੁਸੀਂ ਮੰਗਦੇ ਹੋ ਨੀ ਮੰਗਦੇ? ਜਿਹਦੇ ਨਹੀਂ ਹੋਣ ਉਹਦਾ ਕੀ ਕਰਦੇ ਹੋ? ਤੈਨੂੰ ਆ ਕੇ ਕੁਛ ਕਿਹਾ? ਤੁਸੀਂ ਬਿਨਾਂ ਪੁੱਛੇ ਮੇਰੇ ਅੰਦਰ ਬੜੇ ਚੱਲਾਂਗਾ, ਮੈਂ ਲੈ ਕੇ ਜਾਵਾਂਗਾ, ਤੁਸੀਂ ਮੈਂ ਚੱਲਾਂਗਾ।
ਪਹਿਲਾਂ ਲੈ ਕੇ ਆਓ ਤੁਸੀਂ ਨਾ ਕਰਨਾ ਹੈ ਮਤਲਬ ਅਰੈਸਟ ਕਰ ਰਹੇ ਹੋ ਪਰ ਮੇਰੇ ਖਿਲਾਫ ਕੋਈ ਸਬੂਤ ਮੈਨੂੰ ਪਤਾ ਹੈ ਨਹੀਂ ਨਾ ਮੈਨੂੰ ਕੋਈ ਅਰੈਸਟ ਕਰ ਤੁਸੀਂ ਤਾਂ ਗਲਾਮ ਸਾਹਿਬ ਕਰ ਰਹੇ ਹੋ ਮੇਰੇ ਖਿਲਾਫ ਦੇਖੋ ਜੇ ਤੁਸੀਂ ਪਾਈ ਲਿਆ ਬੰਦੇ ਨੂੰ ਖਿੱਚਣੇ ਲੱਗ ਗਏ ਬੰਦਾ ਕੁਛ ਤਾਂ ਕਰੂਗਾ ਹੀ ਦੇਖੋ ਤੁਸੀਂ ਗਲਾਮ ਸਾਹਿਬ ਦਾ ਡੰਡਾ ਤੁਹਾਡੇ ਕੋਲ ਹੈ ਡੰਡਾ ਤੁਸੀਂ ਮਾਰ ਰਹੇ ਹੋ ਸਮਾਨ ਸਾਡਾ ਪਰ ਤੁਸੀਂ ਭੰਨਣ ਲੱਗ ਗਏ ਗਲਾਸ ਤੁਸੀਂ ਕਿਹਨੇ ਮਾਰੇ ਗਲਾਸ ਮੈਂ ਤਾਂ ਭੰਨਿਆ ਇਹਦੇ ਤੋਂ ਨਾਰਾ ਮਾਰ ਦਿੰਦਾ ਕਿਹਨੇ ਭੰਨਿਆ ਉਹ ਡੰਡਾ ਤੁਹਾਡੇ ਕੋਲ ਤਾਂ ਡੰਡਾ ਤੁਹਾਡੇ ਕੋਲ ਮਾਰਾਂਗਾ ਅੱਛਾ ਮੈਂ ਤੁਹਾਡਾ ਡੰਡਾ ਫੋਲੇ ਉਹ ਵਾਹ ਜੀ ਵਾਹ ਏਦਾਂ ਨਹੀਂ ਜਨਾਬ ਹੁੰਦਾ ਨਾ ਵਰਦੀ ਦਾ ਨਿਆਇ ਫਾਇਦਾ ਤੁਸੀਂ ਕਹਿੰਦੇ ਹੋ ਠੀਕ ਹੈ ਅਸੀਂ ਕਹਿੰਦੇ ਦੰਗੇ ਹੈ ਜਦੋਂ ਤੁਸੀਂ ਨਹੀਂ ਗੱਲ ਹੁੰਦੀ ਮੇਰੀ ਗੱਲ ਹੁੰਦੀ ਹੈ ਕਾਗਜ਼ੀ ਕਾਰਵਾਈ ਨਾਲ ਫਿਰ ਤੁਸੀਂ ਕੋਈ ਕਾਗਜ਼ੀ ਕਾਰਵਾਈ ਪੂਰੀ ਕਰਕੇ ਲੈ ਕੇ ਆਓ ਨਾ ਜੇ ਤੁਹਾਨੂੰ ਲੱਗਦਾ ਮੈਂ ਗੁਨੇਗਾਰ ਹਾਂ ਕਾਗਜ਼ੀ ਪੂਰੀ ਹੈ ਤੇਰੇ ਕੋਲ ਲੈ ਕੇ ਆਓ ਦਿਖਾਓ ਲੈ ਦਿਖਾਓ ਦਿਖਾਓ ਕਿੱਥੇ ਦਿਖਾਓ ਜਨਾਬ ਲੈ ਦਿਖਾਓ ਕਿੱਥੇ ਦੱਸ ਕੀ ਦਿਖਾਈਏ ਅਰੈਸਟ ਵਾਰਨ ਦਿਖਾਓ ਕੀ ਪ੍ਰੂਫ ਹੈ ਤੁਹਾਡੇ ਕੋਲੇ ਉਹ ਦਿਖਾ ਦਿਓ ਸੱਚ ਵਾਰਨ ਹੁੰਦਾ ਅਰੈਸਟ ਕੀ ਪ੍ਰੂਫ ਹੈ ਇਹਨਾਂ ਨੇ ਕੀ ਕੀਤਾ ਹੈ ਬਸ ਉਹ ਦਿਖਾਏ ਦੇ ਦੋਗੇ ਸ਼ਾਇਦ ਨਹੀਂ ਦੇ ਰਹੇ ਸ਼ਾਇਦ ਨਹੀਂ ਦੇ ਰਹੇ ਮੈਨੂੰ ਪਤਾ ਹੈ ਜਿਹੜੀ ਸੱਚ ਗੱਲ ਕਰ ਰਿਹਾ ਸਾਹਮਣੇ ਘਰੇ ਬੈਠੇ ਹੈ ਕਿੰਨੇ ਨਹੀਂ ਜਾਣਦੇ ਹੈਗਾ ਘਰੇ ਬੈਠੇ ਸਾਰੇ ਦਿਨ ਕਾਨੂੰਨ ਤੁਸੀਂ ਮੈਂ 2-4 ਦਿਨਾਂ ਬਾਅਦ ਕਿਉਂ ਨਹੀਂ ਆਏ ਤੁਸੀਂ ਪੂਰਾ ਮਹੀਨੇ ਬਾਅਦ ਕਿਉਂ ਆਏ ਭੱਜਿਆ ਪਿਆ ਸੀਗਾ ਕੌਣ ਭੱਜਿਆ ਹੋਇਆ ਇਹ ਤਾਂ ਕਰ ਰਹੀ ਹੋਣੀ ਕਲੋਨੀ ਨੂੰ ਪਤਾ ਹੈ ਸਾਰੀ ਕਲੋਨੀ ਨੂੰ ਪਤਾ ਬਈ ਉਹਦੇ ਨੂੰ ਪਤਾ ਉਹਦਾ ਪਤਾ ਹੀ ਹੈ ਹਾਂਜੀ ਸਾਰੀ ਕਲੋਨੀ ਨੂੰ ਪਤਾ ਹੈ ਭੱਜਿਆ ਉੱਪਰ ਦੀ ਨੂੰ ਪਤਾ ਹੀ ਤੁਹਾਨੂੰ ਮੈਨੂੰ ਪਤਾ ਹੈ ਠੀਕ ਹੈ ਜਿਹੜਾ ਸਾਹਮਣਾ ਤੇਜ਼ੀ ਹੈ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਬੱਚੇ ਕੀ ਕਰ ਰਿਹਾ ਜਾਂਦਾ ਹੈ ਠੀਕ ਹੈ ਹੋਰ ਕੀ ਬੱਚਾ ਉਹ ਕਾਣੋ ਮੇਰੀ ਗੱਲ ਸੁਣਾ ਉਹ ਯਾਰ ਤੇਜ਼ੀਆਂ ਦੇ ਹਾਕਮ ਨੇ ਰਲ ਕੇ ਪੈਸੇ ਖਵਾਏ ਨੇ ਠੀਕ ਹੈ ਫੇਰ ਇਹ ਆਏ ਨੇ ਸਾਰਾ ਪਤਾ ਮੈਨੂੰ ਮੈਂ ਕੀ ਜਾਣਦਾ ਨਹੀਂ ਹੈਗਾ ਖੋਦੇ ਨਹੀਂ ਆਏ ਜੇ ਪੈਸੇ ਤੇ ਉਹ ਸਾਨੂੰ ਸਭ ਸਰ ਇੱਕ ਵੀਡੀਓ ਵਾਇਰਲ ਹੋਈ ਹੈ ਜੀ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਨੇ ਖੜੇ ਨੇ ਔਰ ਬਹਿਸ ਚੱਲ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਕਿ ਸਾਡੇ ਡੰਡੇ ਦੇ ਵਿੱਚ ਹੱਥ ਪਾਇਆ ਕੀ ਪੂਰਾ ਮਾਮਲਾ ਇਹ ਜੀ ਇਹ ਜੀ ਇਸੇ ਗੋਵਿੰਦਰ ਸਿੰਘ ਕੋਲ ਦਰਖਾਸਤ ਦਿੱਤੀ ਕੁਲਵਿੰਦਰ ਸਿੰਘ ਖੇੜੀ ਮੁਸਲਮਾਨੀਆਂ ਨੇ ਵੀ ਉਹਨੇ ਮੇਰੀ ਵਰਕਸ਼ਾਪ ਦੇ ਵਿੱਚ ਜਿਹੜਾ ਇਹ ਹੈ ਮੁੰਡਾ ਰਾਜਵੀਰ ਸਿੰਘ ਔਰ ਫਰੀਕੂ ਵੀ ਇਹਨੇ ਮੇਰੀ ਵਰਕਸ਼ਾਪ ਦੇ ਵਿੱਚ ਲੋਹੇ ਦਾ ਸਮਾਨ ਚੋਰੀ ਕੀਤਾ ਉਹਦੀ ਪੜਤਾਲ ਦੇ ਵਿੱਚ ਇਸੇ ਗੋਵਿੰਦਰ ਸਿੰਘ ਅਤੇ ਹੌਲਦਾਰ ਰਮੇਸ਼ ਸਿੰਘ ਪਰਵਾਨਾ ਨੋਟ ਕਰਾਉਣ ਗਏ ਸੀ ਵੀ ਉਹਦੀ ਪੜਤਾਲ ਕੀਤੀ ਜਾ ਸਕੇ ਇਹਦੇ ਸੰਬੰਧ 'ਚ ਜੀ ਜਦੋਂ ਇਹ ਗਏ ਸੀ ਇਹ ਰਾਜਵੀਰ ਸਿੰਘ ਅਤੇ ਰਿੰਕੂ ਇਹਦਾ ਗੁਆਂਢੀ ਜਿਹੜਾ ਜੀ ਇਹ ਮੇਨ ਗੇਟ 'ਤੇ ਮਿਲ ਗਏ ਜੀ ਜਦੋਂ ਇਹਨਾਂ ਨੇ ਪਰਵਾਨਾ ਨੋਟ ਕਰਨ ਬਾਰੇ ਕਿਹਾ ਵੀ ਇਹ ਪਰਵਾਨਾ ਨੋਟ ਕਰੋ ਵੀ ਤੁਹਾਡੇ ਖਿਲਾਫ਼ ਆ ਕੰਪਲੇਂਟ ਆਈ ਹੈ ਤਾਂ ਇਹਨਾਂ ਨੇ ਮੁਲਾਜ਼ਮਾਂ ਦੇ ਨਾਲ ਬਹਿਸਬਾਜ਼ੀ ਸ਼ੁਰੂ ਕਰਤੀ ਤਾਂ ਜਿਹੜਾ ਮੁਲਾਜ਼ਮ ਦੇ ਹੱਥ 'ਚ ਵਿੱਚ ਡੰਡਾ ਫੜਿਆ ਸੀ ਉਹ ਡੰਡਾ ਖੋਲਿਆ ਅਤੇ ਡਿਊਟੀ ਦੇ ਵਿੱਚ ਲਿਖਣ ਪਾਇਆ ਇਸ ਕਰਕੇ ਇਹਨਾਂ ਦੇ ਖਿਲਾਫ਼ ਜੀ ਮੁਕੱਦਮਾ 128 ਨੰਬਰ ਮੁਕੱਦਮਾ ਦਰਜ ਰਜਿਸਟਰ ਕੀਤਾ ਜੀ ਬਾਕੀ ਤਫਤੀਸ਼ ਚੱਲ ਰਹੀ ਹੈ ਕਿਹੜੀ ਕਿਹੜੀ ਧਾਰਨਾ ਲਈ ਇਹ 132 221 VNS ਨਹੀਂ ਜੀ ਡੰਡਾ ਤਾਂ ਕੋਈ ਨਹੀਂ ਇਹਦੇ ਵਿੱਚ ਤਾਂ ਅਜੇ ਤੱਕ ਤਾਂ ਕੋਈ ਇਹ ਗੱਲ ਸਭ ਨੇ ਨਹੀਂ ਆਈ ਡੰਡੇ ਵਾਲੀ ਡੰਡੇ ਖੋਣ ਬਾਰੇ ਆਪ ਇਹਨਾਂ ਨੇ ਮੰਨਿਆ ਵੀ ਹਾਂ ਇਹ ਡੰਡਾ ਖੋਲਿਆ ਸੀ ਇਹਨਾਂ ਤੋਂ
ਵੀਡੀਓ ਦੇ ਵਿੱਚ ਜਦੋਂ ਬੰਦਾ ਕਹਿ ਰਿਹਾ ਹੈ ਕਿ ਜੇ ਤੁਸੀਂ ਕੋਈ ਸਰਚ ਵਾਰੰਟ ਆ ਜਾਂ ਕੁਛ ਹੈ ਤੁਹਾਡੇ ਕੋਲ ਲੈ ਕੇ ਆਇਆ ਸਾਨੂੰ ਪ੍ਰੂਫ ਦਿਖਾਓ, ਜੇ ਪ੍ਰਵਾਨਾ ਲੈ ਕੇ ਗਏ ਸੀ ਤਾਂ ਫਿਰ ਮੁਲਾਜ਼ਮਾਂ ਨੇ ਦਿਖਾ ਦੇਣਾ ਚਾਹੀਦਾ ਸੀ ਉੱਥੇ? ਨਹੀਂ, ਪ੍ਰਵਾਨਾ ਤਾਂ ਉਹਨਾਂ ਨੂੰ ਕਿਹਾ ਹੀ ਜੇ ਅਸੀਂ ਨੋਟ ਕਰਾਉਣ ਨੂੰ, ਕਦੇ ਵੀ ਸਰਚ ਵਾਰੰਟ ਦਿਓ ਜੀ ਸਾਨੂੰ, ਆਪਾਂ ਕਿਹੜਾ ਉਹਨੂੰ ਅਰੈਸਟ ਕਰਨ ਗਏ ਹਾਂ ਜੀ, ਉਹ ਤਾਂ ਇੱਕ ਪ੍ਰਵਾਨਾ ਨੋਟ ਕਰਾਉਣ ਗਏ ਸੀ ਜੀ। ਮਾਮਲਾ ਦਰਜ ਹੋ ਚੁੱਕਿਆ ਸੀ ਇਸ ਬੰਦੇ ਦੇ ਉਹਨੂੰ? ਨਹੀਂ ਜੀ, ਮਾਮਲਾ ਅਜੇ ਕੰਪਲੇਂਟ ਸੀ, ਪੜਤਾਲ ਅਧੀਨ ਸੀ ਜੀ। ਅਜੇ ਤਾਂ ਪਹਿਲਾਂ ਚੋਰੀ ਦਾ ਉਹਨਾਂ ਨੇ ਇਲਜ਼ਾਮ ਲਾਇਆ ਸੀ ਵੀ ਸਾਡੀ ਵਰਕਸ਼ਾਪ 'ਚ ਇਹ ਬੰਦਾ ਚੋਰੀ ਕਰਕੇ ਸਮਾਨ ਭੱਜ ਗਿਆ ਜੀ। ਉੱਥੇ ਪੁਲਿਸ 'ਤੇ ਵੀ ਆਰੋਪ ਲਗਾ ਰਹੇ ਸੀ ਵੀ ਉਸ ਬੰਦੇ ਦੇ ਹੱਕ ਦੇ ਵਿੱਚ ਸਾਡੇ ਕੋਲ ਆਏ ਜੀ, ਸਾਨੂੰ ਤੰਗ ਕਰ ਰਹੇ, ਇਸ 'ਚ ਕਿਹਦੀ ਸੱਚਾਈ? ਨਹੀਂ ਜੀ, ਉਹ ਤਾਂ ਫਿਰ ਕੰਪਲੇਂਟ ਜੋ ਸਾਡੇ ਕੋਲ ਕੋਈ ਲਿਖਤੀ ਆਏਗੀ ਫਿਰ ਤੁਸੀਂ ਪੜਤਾਲ ਦੇ ਸੰਬੰਧ 'ਚ ਤਾਂ ਅਸੀਂ ਜਾਵਾਂਗੇ ਜੀ। ਜੇਕਰ ਇਸ ਤਰ੍ਹਾਂ ਪ੍ਰਵਾਨਾ ਨੋਟ ਕਰਾਉਣ ਜਾਂਦੇ ਆ ਤੇ ਮਤਲਬ ਪਹਿਲਾਂ ਵੀ ਇਸ ਤਰ੍ਹਾਂ ਹੀ ਜਾਂਦੇ ਆ ਪੁਲਿਸ ਵਾਲਾ? ਹਾਂਜੀ ਬਿਲਕੁਲ ਜੀ, ਪਹਿਲਾਂ ਇਹਨਾਂ ਨੇ ਇੱਕ ਦੋ ਵਾਰੀ ਫੋਨ ਵੀ ਕਰਿਆ ਸੁਖਵਿੰਦਰ ਸਿੰਘ ਨੇ, ਪਰ ਇਹ ਨਹੀਂ ਆਏ, ਫਿਰ ਪ੍ਰਵਾਨਾ ਨੋਟ ਕਰਾਉਣ ਗਏ। ਮਤਲਬ ਇਹ ਜੀ ਕੀ ਗੱਲ ਹੋ ਗਈ ਕਿ ਪੁਲਿਸ ਮੁਲਾਜ਼ਮ ਦਾ ਉਹਨਾਂ ਨੇ ਡੰਡਾ ਫੜਨ ਦੀ ਕੋਸ਼ਿਸ਼ ਕੀਤੀ, ਉਹ ਮੁਲਾਜ਼ਮ ਮਤਲਬ ਉਹਦੇ ਗੁਲਾਮ ਹੱਥ ਵੀ ਪਾਇਆ, ਗੁਲਾਮੀ ਤੱਕ ਵੀ ਦੇਖਿਆ ਗਿਆ ਵੀਡੀਓ 'ਚ ਵਾਇਰਲ ਜਿਹੜੀ ਚੀਜ਼ 'ਚ ਆਇਆ। ਇਹ ਜੀ ਥੋੜ੍ਹੇ ਜਿਹੇ ਕ੍ਰਿਮੀਨਲ ਬੰਦਾ ਜੀ ਇਹ, ਜਿਹੜਾ ਰਾਜਵੀਰ ਆਇਆ ਇਹਦੇ ਪਹਿਲਾਂ ਵੀ ਮੁਕੱਦਮਾ ਦਰਜ ਹੈ ਚੋਰੀ ਦਾ ਜੀ, ਇਸ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਹੁੰਦਾ ਜੀ, ਜੇਲ੍ਹ ਜੂਲ ਜਾ ਹੁੰਦੇ ਨੇ ਥੋੜ੍ਹਾ ਜਿਹਾ ਉਹ ਕਰਦੇ ਨੇ। ਫਿਰ ਹੁਣ ਇਸ ਮੁਕੱਦਮਾ ਦਰਜ ਕੀਤਾ, ਕੋਈ ਬੰਦੇ ਅਰੈਸਟ ਵੀ ਕੀਤੇ ਇਸ ਵਿੱਚ? ਹਾਂ ਜੀ, ਬੰਦੇ ਦੋਵੇਂ ਅਰੈਸਟ ਨੇ। ਕੌਣ ਕੌਣ? ਇਹ ਰਿੰਕੂ ਤੇ ਆਪਣਾ ਰਾਜਵੀਰ ਸਿੰਘ, ਦੋਵੇਂ ਅਰੈਸਟ ਨੇ। ਪਰਚਾ ਵੀ ਦੋਨਾਂ ਦੇ ਹੀ ਦਿੱਤਾ ਜੀ? ਦੋਵਾਂ ਦੇ ਹੀ। ਰਿੰਕੂ ਦਾ ਕੀ ਰੋਲ ਸੀਗਾ ਜੀ? ਰਿੰਕੂ ਇਹਦੇ ਨਾਲ ਹੈ ਜੀ, ਇਹਦੀ ਇਕੱਠੀ ਹੈ ਰੈਸ਼, ਇਕੱਠੀ ਇਹਨਾਂ ਦੀ ਦੋਵਾਂ ਦੇ, ਇੱਕ ਪਾਸੇ ਇੱਕ ਦੂਜੇ ਪਾਸੇ ਕੱਟ ਗੇਟ ਦੋਵਾਂ ਦਾ ਇਕੱਠਾ ਹੈ ਜੀ, ਅਤੇ ਇਹ ਇਹਦੇ ਨਾਲ ਸੀ ਉਹਦੇ ਜੀ ਬਹਿਸਬਾਜ਼ੀ ਕਰਨ 'ਚ ਜੀ। ਬਹਿਸਬਾਜ਼ੀ ਕਰਨ ਦੇ ਚੱਕਰ 'ਚ ਰਿਹਾ ਸੀ, ਰੁਕਾਵਟ ਪਾ ਰਿਹਾ ਜੀ ਕੰਮ 'ਚ, ਡਿਊਟੀ 'ਚ।